ਫਰਾਂਸ ਦੇ ਪਹਿਲੇ ਸਿੱਖ ਡਿਪਟੀ ਮੇਅਰ ਰਣਜੀਤ ਸਿੰਘ ਗੋਰਾਇਆ ਲੁਧਿਆਣਾ ਪਹੁੰਚੇ, ਜਿੱਥੇ ਕਾਰੋਬਾਰੀ ਹਰਜਿੰਦਰ ਕੁਕਰੇਜਾ ਵੱਲੋਂ ਇਹਨਾਂ ਦਾ ਸਵਾਗਤ ਕੀਤਾ ਗਿਆ ਤੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰਾਂਸ ਦੇ ਡਿਪਟੀ ਮੇਅਰ ਰਣਜੀਤ ਸਿੰਘ ਨੇ ਦੱਸਿਆ ਕਿ 70 ਦੇ ਦਸ਼ਕ ਦੇ ਵਿੱਚ ਹੀ ਉਹਨਾਂ ਦੇ ਮਾਤਾ ਪਿਤਾ ਫਰਾਂਸ ਚਲੇ ਗਏ ਸਨ ਤੇ ਉਹ ਉੱਥੇ ਹੀ ਰਹਿ ਰਹੇ ਹਨ ਤੇ ਉਹਨਾਂ ਨੇ ਦੱਸਿਆ ਕਿ ਡਿਪਟੀ ਮੇਅਰ ਬਣਨ ਲਈ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਬੁਲੰਦੀ ਤੱਕ ਪਹੁੰਚਣ ਦੇ ਲਈ ਉੱਥੇ ਵਸਦੇ ਪੰਜਾਬੀਆਂ ਦਾ ਤੇ ਸਥਾਨਕ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਮਿਲਿਆ ਹੈ। ਉਹਨਾਂ ਕਿਹਾ ਕਿ ਉਹ ਫਰਾਂਸ ਵਿੱਚ ਰਹਿਣ ਅਤੇ ਫਰਾਂਸੀ ਬੋਲਣ ਦੇ ਨਾਲ ਨਾਲ ਸਿੱਖੀ ਨੂੰ ਵੀ ਪ੍ਰਫੁੱਲਿਤ ਕਰਨ ਲਈ ਯਤਨ ਕਰਦੇ ਰਹੇ ਹਨ। ਉੱਥੇ ਉਹਨਾਂ ਨੂੰ ਸਨਮਾਨਿਤ ਕਰਨ ਵਾਲੇ ਕਾਰੋਬਾਰੀ ਕੁਕਰੇਜਾ ਨੇ ਦੱਸਿਆ ਕਿ ਗੁਰਾਇਆ ਨੇ ਫਰਾਂਸ ਦੇ ਡਿਪਟੀ ਮੇਅਰ ਬਣ ਕੇ ਸਿੱਖੀ ਦੀ ਪਹਿਚਾਣ ਪਗੜੀ ਨੂੰ ਕਾਇਮ ਰੱਖਿਆ, ਜੋ ਪੂਰੇ ਪੰਜਾਬ ਦੇ ਸਿੱਖਾਂ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ। ਇਹ ਜਿਹੜਾ ਹੁਣ ਇਹ ਇਲੈਕਸ਼ਨ ਆਪਾਂ ਲੜੀ ਆ June 2020 ਵਿੱਚ, ਉਹ ਸੇਕ ਉਪਰਾਲਾ ਆਪਾਂ ਸੋਚ ਸਮਝ ਕੇ ਇਹ ਦੋਸਤਾਂ ਨਾਲ ਅਤੇ ਥੀਮ ਬਣਾਈ ਸੀ ਉਸ ਟਾਈਮ ਕਿ ਆਪਾਂ ਨਗਰ ਵਾਸਤੇ ਕੁਛ ਕਰੀਏ। ਇਹ ਇੱਕ ਤਾਂ ਪਹਿਲਾ ਵਿਸ਼ਾ ਸੀ ਕਿ ਆਪਾਂ ਨਗਰ ਨੂੰ ਕਿੱਦਾਂ ਸੁਚੇਤ ਕਰੀਏ ਅਤੇ ਸਾਫ਼ ਕਰੀਏ ਅਤੇ ਕਿਸ ਤਰ੍ਹਾਂ ਆਪਾਂ ਟ੍ਰਾਂਸਪਰੈਂਸੀ ਲਈਏ ਆਪਾਂ ਨਗਰ ਦੇ ਵਿੱਚ। ਇਹ ਦੂਜੀ ਗੱਲ ਸੀ ਕਿ ਇਸ ਮੌਕੇ ਨਾਲ ਸਾਡਾ ਸਿੱਖਾਂ ਦਾ ਅਵੇਅਰਨੈਸ ਹੋ ਸਕਦੀ ਆ ਆਪਣੇ ਇਲਾਕੇ ਵਿੱਚ ਅਤੇ ਫਰਾਂਸ ਦੇ ਵਿੱਚ। ਖਾਸ ਤੌਰ 'ਤੇ ਆਪਾਂ ਫਰੈਂਚ ਸਿਟੀਜ਼ਨ ਹੈਗੇ ਹਾਂ, ਇਸ ਆਪਾਂ ਵੀ ਪੰਜਾਬੀ ਵੀ ਹੈਗੇ ਦੋਵੇ। ਇਹ ਸਾਨੂੰ ਲੋੜ ਹੈ ਕਿ ਜਿੰਨੇ ਵੀ ਪੰਜਾਬੀ ਫਰਾਂਸ ਵਿੱਚ ਰਹਿ ਰਹੇ ਉਹਨਾਂ ਨੂੰ ਵੀ ਮਾਣ ਹੋਵੇ ਕਿ ਆਪਾਂ ਇੱਥੇ ਰਹਿ ਰਹੇ ਹਾਂ, ਆਪਾਂ ਬਾਹਰ ਦੇ ਲੋਕ ਨੇ, ਆਪਾਂ ਉੱਥੋਂ ਦੇ ਵਾਸੀ ਹੈਗੇ ਹਾਂ, ਆਪਾਂ ਉੱਥੇ ਫਰੈਂਚ ਬੋਲਦੇ ਹਾਂ, ਆਪਾਂ ਵਿੱਚ ਵਿਚਰਦੇ ਹਾਂ। ਇਹ ਜਿਹਦੀ ਖਾਸ ਤੌਰ 'ਤੇ ਆਪਾਂ ਸੋਚ ਪੇਸ਼ ਕਰਨਾ ਚਾਹੁੰਦੇ ਕਿ ਆਹ ਵਿਖਾਉਣਾ ਚਾਹੁੰਦੇ ਕਿ ਸਿੱਖ ਅਤੇ ਪੰਜਾਬੀ ਉਹ ਉੱਥੇ ਰਹਿੰਦੇ ਅਤੇ ਵੱਸਦੇ ਇਕੱਠੇ, ਆਨੀ ਕਿ ਆਪਾਂ ਵੱਖਰੇ ਵਿੱਚ ਵੱਖਰੇ ਰਹਿੰਦੇ, ਆਪਾਂ ਜਿਹੜੇ ਵੀ ਪੰਜਾਬੀ ਸਿੱਖ ਬੈਠੇ ਬਾਹਰ ਉਹ ਨਗਰ ਵਿੱਚ ਸਾਰਿਆਂ ਨਾਲ ਸੇਵਾ ਕਰਦੇ ਅਤੇ ਕੰਮ ਕਰਦੇ ਹਾਂ। ਮੈਂ ਸਰਦਾਰ ਰਣਜੀਤ ਸਿੰਘ ਜੀ ਨੂੰ ਪਿਛਲੇ 10 ਸਾਲਾਂ ਤੋਂ ਜਾਣਦਾ ਵਾਂ ਐਂਡ ਇਹਨਾਂ ਨੇ ਬਹੁਤ ਜ਼ਿਆਦਾ ਸਿੱਖੀ ਨੂੰ ਅਤੇ ਪੰਜਾਬ ਨੂੰ ਅਤੇ ਇੰਡੀਆ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਹੈ ਫਰਾਂਸ ਦੇ ਵਿੱਚ। ਇਹਨਾਂ ਨੇ ਭਾਵੇਂ World War I ਦੀ ਗੱਲ ਹੋਵੇ ਜਾਂ 2 ਦੀ ਗੱਲ ਹੋਵੇ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਵਿੱਚ ਜਿਹੜੇ ਫਰੈਂਚ ਜਨਰਲ ਸੀਗੇ ਜਾਂ ਕਪੂਰਥਲਾ ਸ਼ਹਿਰ ਦਾ ਫਰੈਂਚ ਨਾਲ ਕਨੈਕਸ਼ਨ ਜਾਂ ਫਿਰ ਚੰਡੀਗੜ੍ਹ ਦਾ ਕਨੈਕਸ਼ਨ, ਇਹਨਾਂ ਨੇ ਹਰ ਪੱਖੋਂ ਫਰਾਂਸ ਅਤੇ ਪੰਜਾਬ ਦੇ ਵਿੱਚ ਜਿਹੜੀ ਸਿਮਿਲੈਰਿਟੀਜ਼ ਨੇ, ਜਿਹੜੇ ਕਨੈਕਸ਼ਨਸ ਨੇ, ਉਹਨਾਂ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਂਡ ਯੂ ਨੋ ਇਲੈਕਟ੍ਰੋਲੀ ਤਾਂ ਹੁਣੇ ਐਕਟਿਵ ਹੋਏ ਨੇ ਅਤੇ ਬਹੁਤ ਅੱਛਾ ਮਾਨ ਵੀ ਪ੍ਰਾਪਤ ਹੋਇਆ ਇਹਨਾਂ ਨੂੰ, ਬਟ ਹਿਸ ਜਰਨੀ ਇਜ਼ ਬੀਨ ਵੈਰੀ ਵੈਰੀ ਇੰਟਰਸਟਿੰਗ। ਜਿਵੇਂ ਇਹਨਾਂ ਨੇ ਦੱਸਿਆ ਕਿ ਇੱਕ ਟਾਈਮ ਸੀ ਜਦੋਂ ਇਹਨਾਂ ਨੂੰ ਉਸੇ ਸ਼ਹਿਰ ਦੇ ਸਕੂਲ ਵਿੱਚੋਂ ਕੱਢਿਆ ਗਿਆ ਸੀ ਦਸਤਾਰ ਪਾਉਣ ਦੇ ਲਈ, ਅੱਜ ਉਸੇ ਸ਼ਹਿਰ ਦੇ ਡੈਪੂਟੀ ਮੇਅਰ ਹੈਗੇ ਨੇ। ਸੋ ਇਟਸ ਅ ਵਿਕਟਰੀ ਇਨ ਇਟਸੈਲਫ ਐਂਡ ਗਿਵਨ ਦਾ ਐਸੋਸੀਏਸ਼ਨ ਦੈਟ ਵੀ ਹੈਵ, ਆਈ ਨੋ ਹਾਓ ਮੱਚ ਹੀ ਇਜ਼ ਵਰਕਡ ਫੋਰ ਦਾ ਕਮਿਊਨਿਟੀ, ਫੋਰ ਹਿਊਮੈਨਿਟੀ ਐਟ ਲਾਰਜ। ਕਿਉਂਕਿ ਅਗਰ ਤੁਸੀਂ ਕਮਿਊਨਿਟੀ ਦੀ ਕੰਮ ਕਰ ਰਹੇ ਹੋ, ਤੁਸੀਂ ਇਨਸਾਨੀਅਤ ਦੀ ਗੱਲ ਕਰ ਰਹੇ ਹੋ, ਜੇ ਤੁਸੀਂ ਇਕੱਠੇ ਕਰ ਰਹੇ ਹੋ ਲੋਕਾਂ ਨੂੰ, ਤਾਂ ਇਟਸ ਹਿਊਮੈਨਿਟੀ ਦੈਟਸ ਬੀਂਗ ਐਕਸਪੈਂਡਿਡ। ਸੋ ਇਟ ਇਜ਼ ਐਨ ਓਨਰ ਕਿ ਅਸੀਂ ਇਹਨਾਂ ਨੂੰ ਮਾਨ ਨਹੀਂ ਬਖਸ਼ਿਆ, ਇਹਨਾਂ ਨੇ ਸਾਨੂੰ ਮਾਨ ਬਖਸ਼ਿਆ ਹੈ ਇੱਥੇ ਆ ਕੇ, ਅਤੇ ਅਸੀਂ ਆਪਣੇ ਵੱਲੋਂ ਆਪਣੇ ਸਟਾਈਲ ਦੇ ਵਿੱਚ ਜੋ ਬੈਲ ਫਰਾਂਸ ਦਾ ਕੇਕ ਅਸੀਂ ਬਣਾਉਂਦੇ ਹਾਂ, ਜੋ ਅਸੀਂ ਜਿਸ ਕੰਮ ਵਿੱਚ ਅਸੀਂ ਹੈਗੇ ਹਾਂ, ਉਹਦੇ ਨਾਲ ਅਸੀਂ ਇਹਨਾਂ ਨੂੰ ਓਨਰ ਕੀਤਾ ਜੀ। ਸੋ ਦੈਟ ਵਾਜ਼ ਦਾ ਹੋਲ ਆਈਡੀਆ। ਦੱਸ ਦਈਏ ਕਿ ਲੁਧਿਆਣਾ ਫਰਾਂਸ ਦੇ ਪਹਿਲੇ ਡਿਪਟੀ ਸਿੱਖ ਮੇਅਰ ਪਹੁੰਚੇ ਸੀ ਅਤੇ ਉਹਨਾਂ ਦਾ ਸਵਾਗਤ ਜਿੱਥੇ ਇੱਕ ਕਾਰੋਬਾਰੀ ਵੱਲੋਂ ਕੀਤਾ ਗਿਆ ਅਤੇ ਨਾਲ ਹੀ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦਾ ਨਾਂ ਅਤੇ ਸਿੱਖੀ ਦਾ ਨਾਂ ਰੋਸ਼ਨ ਕਰਨ ਲਈ ਉਹਨਾਂ ਦੀ ਖੂਬ ਤਾਰੀਫ ਵੀ ਕੀਤੀ ਗਈ। ਜਗਬਾਣੀ TV ਲਈ ਲੁਧਿਆਣਾ ਤੋਂ ਰਾਜੇਸ਼ ਗੌਤਮ ਦੀ ਰਿਪੋਰਟ।